ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ 'ਤੇ ਸਵਾਗਤ ਹੈ ਜੀ। ਅੱਜ ਆਪਾਂ ਸ਼ਬਦ ਕਰਾਂਗੇ, ਹਮ ਘਰ ਸਾਜਨ ਆਏ, ਸਾਚੈ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਪਾਏ, ਪੰਚ ਮਿਲੇ ਸੁਖ ਪਾਇਆ। ਦਾਦਰਾ ਤਾਲ ਦੇ ਵਿੱਚ ਇਹ ਸ਼ਬਦ ਦੀ ਰੀਤ ਹੈ। ਮੱਧ ਸਪਤਕ ਦੇ ਦੂਸਰੇ ਕਾਲੇ ਤੋਂ ਆਪਾਂ ਇਸ ਨੂੰ ਗਾਇਨ ਕਰਨਾ ਸਿੱਖਣਾ ਹੈ, ਵੀਰਾਂ ਦੇ ਸਕੇਲ ਤੋਂ। ਇਹ ਰੀਤ ਦਾਦਰਾ ਤਾਲ ਦੇ ਵਿੱਚ ਹੈ। ਦਾਦਰਾ ਤਾਲ ਦੀਆਂ 6 ਮਾਤਰਾ ਹੁੰਦੀਆਂ ਹਨ। ਇਹ ਰੀਤ ਨਵੀਂ ਕੰਪੋਜੀਸ਼ਨ ਹੈ, ਫਰੈਸ਼ ਕੰਪੋਜੀਸ਼ਨ ਹੈ, ਹਜੇ ਕਿਸੇ ਵੀ ਰਾਗੀ ਸਿੰਘ ਨੇ ਨਹੀਂ ਗਾਇਨ ਕੀਤੀ ਹੈ, ਤੁਹਾਡੀ ਆਪਣੀ ਕੰਪੋਜੀਸ਼ਨ ਹੈ। ਮੈਂ ਸ਼ੁਰੂ ਵਿੱਚ ਤਬਲੇ ਦੇ ਨਾਲ ਸ਼ਬਦ ਗਾਇਨ ਕਰ ਦੇਵਾਂਗਾ ਸਾਰਾ ਹੀ। ਜਿਹੜੇ ਦੇਖ ਕੇ ਸੁਣ ਕੇ ਸ਼ਬਦ ਕੱਢ ਸਕਦੇ ਹਨ ਉਹਨਾਂ ਨੇ ਕੱਢ ਲੈਣਾ ਹੈ, ਜਿਹੜੇ ਸੁਣ ਕੇ ਨਹੀਂ ਕੱਢ ਸਕਦੇ, ਲਾਸਟ ਵਿੱਚ ਮੈਂ ਸਲੋ ਸਲੋ ਅਸਥਾਈ ਅਤੇ ਅੰਤਰਾ ਇੱਕ ਵਾਰ ਵਜਾ ਕੇ ਦੱਸ ਦਾਂਗਾ, ਤੁਸੀਂ ਦੇਖ ਲੈਣਾ ਹੈ ਜੀ। ਇਸ ਰੀਤ ਵਿੱਚ ਲੱਗਣ ਵਾਲੇ ਸਵਰ ਦੇਖੋ ਜੀ, ਸਾ ਰੇ ਗਾ ਮਾ ਪਾ ਧਾ ਨੀ ਕੋਮਲ ਸਾ ਰੇ ਗਾ ਕੋਮਲ। ਅੰਤਰੇ ਵਿੱਚ ਰੇ ਅਤੇ ਗਾ ਕੋਮਲ ਲੱਗਣੇ ਹਨ, ਅਸਥਾਈ ਵਿੱਚ ਰੇ ਅਤੇ ਗਾ ਸ਼ੁੱਧ ਲੱਗਣੇ ਹਨ। ਸੁੰਦਰਤਾ ਲਈ ਆਪਾਂ ਗਾ ਕੋਮਲ ਵੀ ਯੂਜ਼ ਕਰਾਂਗੇ ਅਸਥਾਈ ਵਿੱਚ, ਅਤੇ ਧਾ ਕੋਮਲ ਵੀ ਯੂਜ਼ ਕਰਾਂਗੇ ਅਸਥਾਈ ਦੇ ਵਿੱਚ। ਇਹ ਸ਼ਬਦ ਤੁਸੀਂ ਆਨੰਦ ਕਾਰਜ ਦੇ ਵਿੱਚ ਗਾਇਨ ਕਰ ਸਕਦੇ ਹੋ, ਜਦੋਂ ਲਾਵਾਂ ਕਰਵਾਉਣੀਆਂ ਹੋਣ, ਜਾਂ ਤੁਸੀਂ ਕੋਈ ਸ਼ਗਨ ਦੇ ਪ੍ਰੋਗਰਾਮ 'ਤੇ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹੋ। ਖੁਸ਼ੀ ਦੇ ਸਮਾਗਮ 'ਚ ਤੁਸੀਂ ਗਾਇਨ ਕਰ ਸਕਦੇ ਹੋ ਇਸ ਸ਼ਬਦ ਨੂੰ। ਸ਼ਬਦ ਗਾਇਨ ਕਰਦੇ ਹਾਂ ਜੀ ਤਬਲੇ ਦੀ ਤਾਲ ਦੇ ਨਾਲ। ਹਮ ਕਾਰ ਸਾਜਨ ਆਏ, ਹਮ ਕਾਰ ਸਾਜਨ ਆਏ, ਹਮ ਕਾਰ ਸਾਜਨ ਆਏ, ਹਮ ਕਾਰ ਸਾਜਨ ਆਏ, ਸਾਚੇ ਮਿਲ ਕਾਰ ਸਾਜਨ ਆਏ, ਹਮ ਕਾਰ ਸਾਜਨ ਆਏ, ਹਮ ਕਾਰ ਸਾਜਨ ਆਏ, ਹਮ ਕਾਰ ਸਾਜਨ ਆਏ, ਹਮ ਕਾਰ ਸਾਜਨ ਆਏ। ਪੰਛ ਮਿਲੇ
ਸੁਖ ਪਾਇਆ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਹੋਈ ਜਿਸ ਸੇਤੀ ਮਨ ਲਾਇਆ ਜਿਸ ਸੇਤੀ ਮਨ ਲਾਇਆ ਹਮ ਕਾਰ ਸਾਜਨ ਆਏ ਹਮ ਕਾਰ ਸਾਜਨ ਆਏ ਹਮ ਕਾਰ ਸਾਜਨ ਆਏ ਹਮ ਕਾਰ ਸਾਜਨ ਸਾਜਨ ਆਏ ਹਮ ਕਾਰ ਸਾਜਨ ਆਏ ਹਮ ਕਾਰ ਸਾਜਨ ਆਏ ਹਮ ਕਾਰ ਸਾਜਨ ਆਏ ਹਮ ਕਾਰ ਸਾਜਨ ਆਏ ਕਾਰ ਸਾਜਨ ਆਏ ਸਾਚੇ ਮਿਲ ਮਿਲਾਏ ਸਾਚੇ ਮਿਲ ਮਿਲਾਏ ਸਾਚੇ ਸਾਜਨ ਆਏ ਹਮ ਕਾਰ
सजन आए हमका सजन आए। ये शब्द थोड़ा संपूर्ण गायब कर दिता गया है। हुण मैं एक बारी ਅਸਥਾਈ ਅਤੇ ਅੰਤਰਾ ਸਲੋ ਸਲੋ ਵਜਾ ਕੇ ਦੱਸਾਂਗਾ ਨਾਲ ਸਰਗਮ ਅਤੇ ਉਸਦੇ ਉੱਪਰ ਸ਼ਬਦ ਕਿਸ ਤਰ੍ਹਾਂ ਲੱਗਣਾ ਹੈ ਤੁਸੀਂ ਦੇਖ ਸਕਦੇ ਹੋ। ਹਮਕਾਰ ਸਾਜਨ ਆਏ ਸਰਗਮ ਸਾਧਾ ਪਾ ਧਾ ਪਾ ਮਾ ਗਾ ਮਾ ਪਾ 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 ਮਾ ਪਾ ਗਾ ਸ਼ਬਦ ਹਮ कार साजन आए। दूसरी बारी जब बोलना है हमकार साजन आए हमकार साजन आए सरगम देखो सागा मा माधा पाधा पा मा शब्द हमकार साजन आए। नेक्स्ट लाइन साचे मेल मिलाए साचे मेल मिलाए। देखो सरगम सानिधा मा पापा निधा निधा धा गा मा 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 फिर देखो एक बारी सा नी धा मा पा पा निधा निधा धा धा कोमल गा मा मा शब्द देखो साचे मेल मिलाए फिर नाले हमकार साजन आए ऐसे कोड आए थे सा गा पा आए हम कार साजन आए फिर आए थे सा मा धा दा कोड सा मा धा। हुण अंतरा देखो जी सहज मिलाए हर मान पाए सरगम देखो सा सा नि सा धा धा नि रे रे सा 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 तो लंबा करदा हां मैं मिलाए नु लंबा खिचना है किदा सहज मिलाए हर मान पाए सरगम देखो सा सा नि सा धा धनी रे रे सा 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 गरे रे 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 निधा सा 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 फिर दूसरी बारी फिर सहज मिलाए हर मान पाए। नेक्स्ट लाइन पंच मिले सुख पाया साचे मेल मिलाए वाली वही सरगम लगनी है सेम जिहड़ा अस्थाई विच दूसरी लाइन बोलते ना साचे मेल मिलाए सेम उही सरगम ते हरेक अंतरे दी दूसरी लाइन जदों आपां अस्थाई नाल मिलना है पंच मिले सुख
हम कार साजन आए, हम कार साजन आए। ਇਹ ਹੋ ਗਿਆ ਤੁਹਾਡਾ ਸ਼ਬਦ ਸੰਪੂਰਨ। ਤੁਸੀਂ ਇਸਦੀ ਮਿਹਨਤ ਕਰਨੀ ਹੈ, ਇਸ ਵੀਡੀਓ ਨੂੰ ਦੁਬਾਰਾ ਦੁਬਾਰਾ ਦੇਖ ਕੇ ਇਸ ਕੰਪੋਜੀਸ਼ਨ ਨੂੰ ਸੁਣ ਕੇ ਯਾਦ ਕਰ ਲੈਣਾ ਹੈ, ਹਾਰਮੋਨੀਅਮ 'ਤੇ ਕੱਢ ਲੈਣਾ ਹੈ। ਤੁਸੀਂ ਮੇਰੇ ਇਸ ਚੈਨਲ ਨੂੰ ਸਾਰੇ ਆਪਣੇ ਫਰੈਂਡਸ ਨਾਲ ਸ਼ੇਅਰ ਵੀ ਕਰਨਾ ਹੈ, ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ, ਰੀਤਾਂ ਵਿੱਚ, ਉਹਨਾਂ ਸਾਰਿਆਂ ਨਾਲ ਤੁਸੀਂ ਇਸ ਚੈਨਲ ਨੂੰ ਸ਼ੇਅਰ ਕਰਨਾ ਹੈ, ਮੇਰੇ ਚੈਨਲ ਸਤਨਾਮ ਸਿੰਘ ਖਾਲਸਾ ਨੂੰ ਸ਼ੇਅਰ ਕਰਨਾ ਹੈ। ਨੈਕਸਟ ਵੀਡੀਓ ਵਿੱਚ ਆਪਾਂ ਲਾਵਾਂ ਦੇ ਖੁਸ਼ੀ ਦੇ ਸ਼ਬਦ ਹੋਰ ਸਿੱਖਾਂਗੇ ਜੀ, ਨਵੀਂ ਕੰਪੋਜੀਸ਼ਨ ਦੇ ਵਿੱਚ। ਅੱਜ ਆਪਾਂ ਸ਼ਬਦ ਕਰਾਂਗੇ ਸੂਹੀ ਮਹੱਲਾ ਪੰਜਵਾਂ। ਸੇ ਸੰਜੋਗ ਕਰਹੋ ਮੇਰੇ ਪਿਆਰੇ, ਜਿੱਤ ਰਸਨਾ ਹਰ ਨਾਮ ਉਚਾਰੇ। ਇਹ ਸ਼ਬਦ ਖੁਸ਼ੀ ਦੇ ਮੌਕੇ 'ਤੇ ਤੁਸੀਂ ਗਾਇਨ ਕਰ ਸਕਦੇ ਹੋ ਸ਼ਗਨ ਦੇ ਪ੍ਰੋਗਰਾਮ ਦੇ ਵਿੱਚ, ਜਾਂ ਆਨੰਦ ਕਾਰ ਦੇ ਸ਼ੁਰੂਆਤ ਤੋਂ ਪਹਿਲਾਂ ਤੁਸੀਂ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹੋ। ਮੱਧ ਸਪਤਕ ਅਤੇ ਦੂਸਰੇ ਕਾਲੇ ਤੋਂ ਆਪਾਂ ਇਸ ਸ਼ਬਦ ਨੂੰ ਗਾਇਨ ਕਰਨਾ ਸਿੱਖਣਾ ਹੈ, ਵੀਰਾਂ ਦੇ ਸਕੇਲ ਤੋਂ। ਬੰਦ ਕਹਿਰਵੀ ਤਾਲ ਦੇ ਵਿੱਚ ਇਹ ਕੰਪੋਜੀਸ਼ਨ ਹੈ, ਅੱਠ ਮਾਤਰਾ ਦਾ ਤਾਲ ਹੈ। ਇਸ ਵਿੱਚ ਲੱਗਣ ਵਾਲੇ ਸਵਰ ਸਾਰੇ ਗਾ ਮਾ ਪਾ ਧਾ ਨੀ ਸਾ ਸਾ ਨੀ ਕੋਮਲ ਵੀ ਲੱਗਣਾ ਹੈ। ਨੀ ਦਾ ਪਾ ਗਮ ਪਾ ਗਮ ਰੇ ਨੀ ਦਾ ਸਾ, ਨੀ ਕੋਮਲ ਵੀ ਅਤੇ ਸ਼ੁੱਧ ਵੀ ਦੋਨੋਂ ਨੀ। ਨੀ ਨੀਚੇ ਕੋਮਲ ਲੱਗੇਗਾ, ਉੱਤੇ ਨੀ ਅੰਤਰੇ ਵਿੱਚ ਸ਼ੁੱਧ ਲੱਗੇਗਾ। ਇੱਕ ਵਾਰ ਮੈਂ ਤਬਲੇ ਦੇ ਨਾਲ ਗਾਇਨ ਕਰਕੇ ਦੱਸਾਂਗਾ ਸ਼ਬਦ ਪੂਰਾ, ਬਾਅਦ ਵਿੱਚ ਜਿਨ੍ਹਾਂ ਨੇ ਸੁਣ ਕੇ ਕੱਢਣਾ ਹੈ ਉਹ ਸੁਣ ਕੇ ਇਸ ਕੰਪੋਜੀਸ਼ਨ ਨੂੰ ਕੱਢ ਲੈਣ, ਜਿਹੜੇ ਸੁਣ ਕੇ ਨਹੀਂ ਕੱਢ ਸਕਦੇ। ਲਾਸਟ ਵਿੱਚ ਮੈਂ ਜਾ ਕੇ ਇਸ ਸ਼ਬਦ ਦੀ ਅਸਥਾਈ ਅਤੇ ਅੰਤਰਾ ਸਲੋ ਸਲੋ ਗਾਇਨ ਕਰਕੇ ਦੱਸਾਂਗਾ, ਨਾਲ ਉਸਦੀ ਸਰਗਮ ਵੀ ਗਾਇਨ ਕਰਕੇ ਦੱਸਾਂਗਾ। ਸਰਗਮ ਦੇ ਉੱਤੇ ਸ਼ਬਦ ਕਿਸ ਤਰ੍ਹਾਂ ਲੱਗਣਾ ਹੈ ਸਲੋ ਸਲੋ ਗਾਇਨ ਕਰਕੇ ਦੱਸਾਂਗਾ। ਆਪਾਂ ਹੁਣ ਤਬਲੇ ਨਾਲ ਗਾਇਨ ਕਰਦੇ ਹਾਂ। ਸੇ ਸੰਜੋ
चित रसना हर नाम जाने चित रसना हर नाम जाने से समझो सिमरण प्रभु तेरा जीवन रूप सिमरण प्रभु तेरा जिस कृपा कर है बस है तिसने रा जिस कृपा करे बस है तिसने से समझो करो मेरे प्यारे से समझो जन की भूख तेरा नाम आहार जन की भूख तेरा नाम आहार देवनहार तू दाता प्रभु देवनहार से संजोग करो मेरे प्यारे चित रसना हर नामी।
ਰਾਮ ਰਮਤ ਸੰਤਨ ਸੁਖ ਮਾਨਾ ਨਾਨਕ ਦੇਵਣ ਹਰ ਸੁਜਾਨਾ ਨਾਨਕ ਦੇਵਣ ਹਰ ਸੁਜਾਨਾ ਇਹ ਸ਼ਬਦ ਮੈਂ ਸੰਪੂਰਨ ਗਾਇਨ ਕੀਤਾ ਹੈ, ਸਾਰੇ ਅੰਤਰੇ ਤੁਹਾਨੂੰ ਲਗਾ ਕੇ ਦੱਸੇ ਹਨ। ਹੁਣ ਮੈਂ ਇਸ ਸ਼ਬਦ ਦੀ ਅਸਥਾਈ ਅਤੇ ਅੰਤਰਾ ਸਲੋ ਸਲੋ ਸਰਗਮ ਦੇ ਨਾਲ ਗਾਇਨ ਕਰਕੇ ਦੱਸਦਾ ਹਾਂ। ਸੇ ਸੰਜੋਗ ਕਰੋ ਮੇਰੇ ਪਿਆਰੇ ਸਰਗਮ ਸਾ ਗਾ ਮਾ ਧਾ ਪਾ 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 ਧਾ ਪ ਗਾ ਰੇ ਸਾ ਸਾ ਗਾ ਮਾ ਧਾ ਪਾ 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 ਧਾ ਪ ਗਾ ਰੇ ਸਾ ਨਹੀਂ ਕਿ ਦੋ ਵਾਰੀ ਲਾਈਨ ਹੈ, ਇੱਕੋ ਹੀ ਬਸ ਗਾਰੇ ਗਾਰੇ ਕਰ ਦੇਣਾ ਹੈ ਦੂਸਰੀ ਵਾਰੀ 'ਚ। ਸ਼ਬਦ ਦੇਖੋ ਸੇ ਸੰਜੋਗ ਕਰੋ ਮੇਰੇ ਪਿਆਰੇ ਨੈਕਸਟ ਲਾਈਨ ਜਿਤ ਰਸ ਨਾ ਹਰ ਨਾਮੇ ਉਚਾਰੇ ਸਰਗਮ ਗਰ ਮਾਗਾ ਰੇ ਸਾ ਮਾਰੇ ਧਾਨੀ ਧਾਨੀ ਧਾ ਪਾ ਸਾ 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 ਸ਼ਬਦ ਜਿਤ ਰਸ ਨਾ ਹਰ ਨਾਮ ਉਚਾਰੀ ਦੇ ਵਾਰੀ ਦੋ ਵਾਰੀ ਬੋਲ ਕੇ ਫਿਰ ਸੇ ਸੰਜੋ ਸਰਗਮ ਦੇਖੋ ਸਗਾ ਮਾ ਧਾ ਪਾ ਧਾ ਸਗ ਧਾ ਮਾ ਗਾ ਪਾ 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 ਸ਼ਬਦ ਸੇ ਸੰਜੋਗ ਇਸ ਤੋਂ ਬਾਅਦ ਅੰਤਰਾ ਸ਼ੁਰੂ ਹੋ ਜਾਵੇਗਾ। ਸੁਣ ਬੇਨਤੀ ਸਰਗਮ ਗਾ ਪਾ ਧਾ ਸਾ ਸਾ ਰੇ ਸਾ ਨੀ ਰੇ ਸਾ ਨੀ ਧਾ ਧਾ ਪਾ ਧਾ ਨੀ ਨੀ ਪਾ ਸ਼ਬਦ ਸੁਣ ਬੇਨਤੀ ਪ੍ਰਭ ਦੀਨ ਦਇਆਲ
ਮਿਲਾ। ਨੈਕਸਟ ਲਾਈਨ, ਸਾਧ ਗਾਵੇ ਗੁਣ ਸਦਾ ਰਸਾਲਾ। ਸਰਗਮ ਦੇਖੋ, ਨੀ ਨੀ ਸਦਾ ਪਮ ਦਪਾ ਮਗਾ ਸਾ ਗਾ ਮਾ ਧਾ ਪਾ ਪਾ ਨਿਧਾ ਨੀ। ਸ਼ਬਦ ਸਾਧ ਗਾਵੇ ਗੁਣ ਸਦਾ ਰਸਾਲਾ। ਸਾਧ ਗਾਵੇ, ਜਦੋਂ ਅਸਥਾਈ ਤੇ ਆਉਣਾ ਹੈ ਫਿਰ ਦੂਸਰੀ ਵਾਰੀ ਫਿਰ ਬੋਲ ਕੇ, ਸਾਧ ਗਾਵੇ ਗੁਣ ਸਦਾ ਰਸਾਲਾ। ਸਾਧ ਆ ਗਏ ਹੈ, ਸਾ ਗਾ ਮਾ ਧਾ ਪਾ 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 ਧਾ ਪਾ ਗਾ ਰੇ ਸਾ ਸਦਾ ਰਸਾਲਾ। ਇਸ ਤੋਂ ਬਾਅਦ ਸੇ ਸੰਜੋਗ, ਸੇ ਸੰਜੋਗ। ਇੱਕ ਅੰਤਰ ਵਿੱਚ ਮੈਂ ਅੰਗ ਲਗਾਇਆ ਸੀ, ਅਗਰ ਤੁਸੀਂ ਕਰ ਸਕਦੇ ਹੋ ਤਾਂ ਕਰ ਲੈਣਾ ਹੈ, ਜੇ ਨਹੀਂ ਕਰ ਹੁੰਦਾ ਹੈ ਤਾਂ ਸਿੰਪਲ ਰੱਖਣਾ ਹੈ। ਜੀਵਨ ਰੂਪ ਗਾ ਪਾ ਧਾ ਸਾ ਸਾ ਕਰੇ ਗਾ ਗਾ ਸਾ। ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਇਸ ਤੋਂ ਬਾਅਦ ਇੱਕ ਹੋਰ ਅੰਗ ਲਗਾਇਆ ਸੀ, ਜਿਸ ਕਿਰਪਾ ਕਰੇ ਵਸੈ ਤਿਸ ਨੇਰਾ। ਇਸ ਤੋਂ ਬਾਅਦ ਵਾਲਾ, ਜਿਸ ਕਿਰਪਾ ਕਰੇ ਵਸੈ ਤਿਸ ਨੇਰਾ। ਇਹ ਤੁਸੀਂ ਅਗਰ ਰਿਆਜ਼ ਕੀਤਾ ਹੈ, ਕਰਦੇ ਹੋ ਰੋਜ਼, ਤਾਂ ਤੁਸੀਂ ਇਹ ਚੀਜ਼ਾਂ ਦੀ ਕੋਸ਼ਿਸ਼ ਕਰਨੀ ਹੈ, ਵਰਨਾ ਤੁਸੀਂ ਹਜੇ ਰੈਗੂਲਰ ਰਿਆਜ਼ ਕਰੋ ਸਾਲ ਡੇਢ ਸਾਲ, ਅਤੇ ਤੁਹਾਨੂੰ ਇਹ ਚੀਜ਼ਾਂ ਹੌਲੀ ਹੌਲੀ, ਜਿੱਦਾਂ ਜਿੱਦਾਂ ਮੈਂ ਵੀਡੀਓਜ਼ ਦੱਸਦਾ ਹਾਂ ਰਿਆਜ਼ ਕਰਨ ਬਾਰੇ, ਤੁਹਾਡੇ ਗਲੇ ਵਿੱਚ ਇਹ ਆਪ ਹੀ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ। ਇਹ ਮੁਰਗੀਆਂ ਗਮਕ ਖਟਕੇ ਸਾਰੇ ਲੱਗਣੇ ਸ਼ੁਰੂ ਹੋ ਜਾਣਗੇ। ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾ ਰੇ। ਇਹ ਸ਼ਬਦ ਤੁਹਾਡਾ ਸੰਪੂਰਨ ਹੋ ਗਿਆ ਹੈ ਜੀ। ਆਪ ਸਾਰਿਆਂ ਨੇ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ, ਅਤੇ ਆਪਣੇ ਸਾਰੇ ਹੀ ਮਿੱਤਰਾਂ ਦੋਸਤਾਂ ਨਾਲ ਇਸ ਚੈਨਲ ਨੂੰ ਸ਼ੇਅਰ ਵੀ ਕਰਨਾ ਹੈ, ਤਾਂ ਜੋ ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ ਅਤੇ ਰੀਤਾਂ ਵਿੱਚ ਅਤੇ ਗੁਰਮਤਿ ਸੰਗੀਤ ਬਾਰੇ ਗਿਆਨ ਲੈਣਾ ਚਾਹੁੰਦੇ ਹਨ, ਉਹਨਾਂ ਸਾਰਿਆਂ ਨਾਲ ਤੁਸੀਂ ਇਸ ਚੈਨਲ ਨੂੰ ਸ਼ੇਅਰ ਕਰੋ ਜੀ। ਤਾਂ ਅੱਜ ਆਪਾਂ ਸ਼ਬਦ ਕਰਾਂਗੇ, ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ। ਵਿਆਹ ਦੇ ਮੌਕੇ 'ਤੇ ਤੁਸੀਂ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹੋ। ਮਤਸਪਤਕ ਦੇ ਦੂਸਰੇ ਕਾਲੇ ਤੋਂ ਆਪਾਂ ਇਸ ਸ਼ਬਦ ਨੂੰ ਕਰਾਂਗੇ। ਇਸ ਵਿੱਚ ਲੱਗਣ ਵਾਲੇ ਸਵਰ ਹਨ, ਸਾਰੇ ਗਾ ਮਾ ਪਾ ਧਾ ਨੀ ਸਾ ਨੀ ਕੋਮਲ, ਰੇ ਗਾ ਗਾ ਤੱਕ ਜਾਏਗਾ ਉੱਤੇ ਵਾਲੇ, ਗਾ ਰੇ ਸਾ ਨੀ ਧਾ ਪਾ ਮਾ ਗਾ ਰੇ ਸਾ ਨੀ ਸਾ।
ਸ਼ੁਰੂ ਵਿੱਚ ਸੰਪੂਰਨ ਸ਼ਬਦ ਗਾਇਨ ਕਰਾਂਗਾ। ਜਿਨ੍ਹਾਂ ਨੇ ਸੁਣ ਕੇ ਕੱਢਣਾ ਹੈ ਸੁਣ ਕੇ ਕੱਢ ਸਕਦੇ ਹਨ, ਜਿਹੜੇ ਸੁਣ ਕੇ ਨਹੀਂ ਕੱਢ ਸਕਦੇ, ਲਾਸਟ ਵਿੱਚ ਜਾ ਕੇ ਮੈਂ ਇਸ ਸ਼ਬਦ ਨੂੰ ਸਲੋ ਸਲੋ ਵਜਾ ਕੇ ਦੱਸਾਂਗਾ, ਨਾਲ ਹੀ ਇਸ ਦੀ ਸਰਗਮ ਅਤੇ ਉਸਦੇ ਉੱਤੇ ਸ਼ਬਦ ਕਿਸ ਤਰ੍ਹਾਂ ਲੱਗਣਾ ਹੈ ਉਹ ਲਾਸਟ ਵਿੱਚ ਦੱਸਾਂਗਾ। ਸ਼ੁਰੂ ਵਿੱਚ ਆਪਾਂ ਤਬਲੇ ਦੇ ਨਾਲ ਸੰਪੂਰਨ ਸ਼ਬਦ ਗਾਇਨ ਕਰਦੇ ਹਾਂ। ਇਸ ਦੀ ਕੰਪੋਜੀਸ਼ਨ ਤੁਸੀਂ ਸੁਣ ਲਓ ਜੀ। ਕਹਿਰਵਾ ਤਾਲ, ਖੁੱਲ੍ਹਾ ਕਹਿਰਵਾ ਤਾਲ, ਅੱਠ ਮਾਤਰਾ ਦਾ ਤਾਲ ਹੈ। ਗੁਰਮੁਖ
ਛਾਇਆ ਸ਼ਬਦ ਸੰਪੂਰਨ ਗਾਇਨ ਕਰਕੇ ਦੱਸਿਆ ਗਿਆ ਹੈ। ਹੁਣ ਇਸਦੀ ਅਸਥਾਈ ਅਤੇ ਅੰਤਰੇ ਦੀ ਸਰਗਮ ਦੇਖੋ ਜੀ। ਥੋੜ੍ਹੀ ਜੀ ਟਫ ਕੰਪੋਜੀਸ਼ਨ ਹੈ, ਤੁਸੀਂ ਧਿਆਨ ਨਾਲ ਦੇਖਣਾ ਹੈ, ਦੁਬਾਰਾ ਦੁਬਾਰਾ ਸੁਣਨਾ ਹੈ। ਫਰੈਸ਼ ਕੰਪੋਜੀਸ਼ਨ ਹੈ, ਅਜੇ ਕਿਸੇ ਵੀ ਰਾਗੀ ਸਿੰਘ ਨੇ ਇਸ ਕੰਪੋਜੀਸ਼ਨ ਨੂੰ ਨਹੀਂ ਗਾਇਨ ਕੀਤਾ ਹੈ, ਤੁਹਾਡੀ ਆਪਣੀ ਕੰਪੋਜੀਸ਼ਨ ਹੈ। ਸਾਨੀ ਨੀ ਕੋਮਲ, ਸਾਨੀ ਪਾ ਮਾ 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 ਪਾਨੀ ਨੀ ਪਾ ਮਾ ਗਾ 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 ਕੋਮਲ ਵੀ ਲੱਗ ਜਾਏਗਾ, ਥੋੜ੍ਹਾ ਜਿਹਾ ਟੱਚ ਕਰਨਾ ਹੈ। ਫਿਰ ਦੇਖੋ, ਸਾਨੀ ਪਾ ਮਾ 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 ਪਾਨੀ ਨੀ ਪਾ ਮਾ ਗਾ 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 ਸ਼ਬਦ ਹਰ ਪ੍ਰਭ ਕਾਜ ਰਚਾਇਆ। ਫਿਰ ਦੇਖੋ ਜੀ ਸਲੋ, ਹਰ ਪ੍ਰਭ ਕਾਜ ਰਚਾਇਆ। ਇੱਥੇ ਆ ਜਾਣਾ ਹੈ ਰਚਾਇਆ, ਜਦੋਂ ਦੂਸਰੀ ਬੋਲੀ ਬੋਲਣਾ ਹੈ ਛਾਇਆ।
ਗਾ 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 ਰੇ ਸਾਨੀ ਗੁਰਮੁਖ ਵਿਆਹਣ ਆਇਆ ਤੇ ਕੋਡ ਸਾਗਾ ਪਾਲਾ ਗੁਰਮੁਖ ਵਿਆਹਣ ਆਇਆ ਗੁਰਮੁਖ ਵਿਆਹਣ ਆਇਆ ਗੁਰਮੁਖ ਇਹ ਸਰਗਮ ਦੇਖੋ ਨੀ ਸਾ ਸਾਗਾ ਗਾ ਗਾ ਮਾ ਗਾ ਮਾ ਮਾ ਪਾ 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 ਧਾ ਪਾ ਗਾ ਮਾ ਧਾ 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 ਸਾ ਨੀ ਪਾ ਮਾ ਮਾ ਧਾ ਪਾ ਮਾ ਗਾ ਰੇ ਸਾ ਨੀ ਇੱਕ ਵਾਰੀ ਫਿਰ ਸਲੋ ਦੇਖੋ ਨੀ ਸਾ ਸਾ ਗਾ ਗੁਰਮੁਖ ਨੀ ਸਾ ਸਾ ਗਾ 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 ਮਾ ਗਾ ਮਾ ਮਾ ਪਾ 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 ਧਾ ਪਾ ਗਾ ਮਾ ਧਾ ਧਾ ਫਿਰ ਨੈਕਸਟ ਲਾਈਨ ਗੁਰਮੁਖ ਵਿਆਹਣ ਆਇਆ ਸਰਗਮ ਧਾ 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 ਸਾਨੀ ਧਾ ਪਾ ਸਾਨੀ ਮਾਮਾ ਸਾਨੀ ਧਾ ਪਾ ਸਾਨੀ ਸਾਨੀ ਧਾ ਪਾ ਸਾਨੀ ਸਾਨੀ ਧਾ ਪਾ ਸਾਨੀ ਪਾ ਸਾਨੀ ਪਾ ਗੁਰਮੁਖ ਵਿਆਹਣ ਆਇਆ ਸਰਗਮ ਸਧਾ ਧਾ ਧਾ ਸਾਨੀ ਪਾ ਸਾਨੀ ਪਾ ਮਾ 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 ਨੀ ਪਾ ਮਾ ਗਾ ਰੇ ਸਾਨੀ ਸ਼ਬਦ ਗੁਰਮੁਖ ਵਿਆਹਣ ਆਇਆ ਫਿਰ ਇੱਕ ਵਾਰੀ ਫਿਰ ਬੋਲਣਾ ਹੈ ਗੁਰਮੁਖ ਵਿਆਹਣ ਆਇਆ ਗੁਰਮੁਖ ਜਦੋਂ ਅਸਥਾਈ ਲੈਣੀ ਹੈ ਹਰ ਪ੍ਰਭ ਫਿਰ ਗਾ ਤੇ ਰੁਕ ਜਾਣਾ ਹੈ ਜਦੋਂ ਪਹਿਲੀ ਵਾਰੀ ਗੁਰਮੁਖ ਪਹਿਣ ਆਇਆ ਹੈ ਫਿਰ ਨੀ ਤੇ ਰੁਕਣਾ ਫਿਰ ਦੂਸਰੀ ਵਾਰੀ ਗਾ ਤੇ ਰੁਕ ਜਾਣਾ ਫਿਰ ਤੁਸੀਂ ਫਿਰ ਸ਼ੁਰੂ ਕਰ ਦੇਣਾ ਹੈ ਅਸਥਾਈ ਗੁਰਮੁਖ ਵਿਆਹਣ ਆਇਆ ਹਰ ਪ੍ਰਭ ਕਾਜ ਰਚਾਇਆ ਇੱਥੇ ਸਮਾਪਤੀ ਕਰਨੀ ਹੈ ਅਸਥਾਈ ਦੀ ਰਚਾਇਆ ਫਿਰ ਅੰਤਰਾ ਸ਼ੁਰੂ ਕਰ ਦੇਣਾ ਹੈ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਰਗਮ ਸਾਨੀ ਸਾ ਸਾ ਗਾ ਸਾਨੀ ਧਾ ਧਾ ਨੀ ਸਾ ਨੀ ਸਾ ਪਾ ਪਾ ਫਿਰ ਦੇਖੋ ਸਰਗਮ ਸਲੋ ਸਾਨੀ ਸਾ ਸਾ ਗਾ ਸਾਨੀ ਪਾ ਸਾਨੀ ਧਾ ਧਾ ਨੀ ਸਾ ਨੀ ਸਾ ਪਾ ਸ਼ਬਦ ਵਿਆਹਣ ਆਇਆ ਗੁਰਮੁਖ ਹਰ ਪਾਇਆ ਨੈਕਸਟ ਲਾਈਨ ਸਾ ਧਨ ਕੰਤ ਪਿਆਰੀ ਸਰਗਮ ਧਾ 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 ਸਾ ਨੀ ਪਾ ਮਾ ਮਾ ਨੀ ਪਾ ਮਾ ਗਾ ਮਾ ਨੀ ਗਾ ਮਾ ਨੀ ਸ਼ਬਦ ਸਾ ਧਨ ਕੰਤ ਪਿਆਰੀ ਜਦੋਂ ਅਸਥਾ
ਸਾਈ ਜਾਣਾ ਹੈ, ਇੱਥੇ ਨਹੀਂ ਰੁਕਣਾ ਹੈ, ਦੇਖੋ ਕਿੱਥੇ ਰੁਕਣਾ ਹੈ। ਫਿਰ ਸਾ ਤਨ ਕੰਤ ਪਿਆਰੀ ਨੀ ਤੇ ਰੁਕ ਜਾਣਾ ਹੈ। ਫਿਰ ਗੁਰਮੁਖ ਵਿਆਹਣ ਆਇਆ, ਗੁਰਮੁਖ ਵਿਆਹਣ ਇਹ ਸੁੰਦਰਤਾ ਦੀ ਲਗਾ ਸਕਦੇ ਹੋ ਤੁਸੀਂ, ਲੋੜ ਹੈ ਲਗਾ ਲਓ, ਨਹੀਂ ਲਗਾਉਣਾ ਨਾ ਲਗਾਓ। ਗੁਰਮੁਖ ਵਿਆਹਣ ਸ਼ਬਦ ਦੇ ਅਸਥਾਈ ਅਤੇ ਅੰਤਰਾ, ਉਸਦੀ ਸਰਗਮ ਵੀ ਹੋ ਗਈ ਹੈ, ਸੰਪੂਰਨ ਸ਼ਬਦ ਵੀ ਕਰ ਲਿਆ ਹੈ। ਆਪਾਂ ਸ਼ਬਦ ਕਰਾਂਗੇ, ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਅਨੰਤ ਕਾਰਜ ਦੀ ਰਸਮ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹੋ। ਮਤਸਪਤਕ ਦੇ ਦੂਸਰੇ ਕਾਲੇ ਤੋਂ ਸਾ ਆਪਾਂ ਆਹ ਆਧਾਰ ਮੰਨਾਂਗੇ। ਤਬਲੇ ਦਾ ਪੁੜਾ ਦੂਜੇ ਗਾਲੇ 'ਤੇ ਵੀ ਸੁਰ ਕੀਤਾ ਜਾ ਸਕਦਾ ਹੈ, ਸੰਵਾਦ ਵਾਲਾ ਸੁਰ ਹੈ। ਰੂਪਕ ਤਾਲ ਦੇ ਵਿੱਚ ਇਹ ਕੰਪੋਜੀਸ਼ਨ ਹੈ। ਰੂਪਕ ਤਾਲ ਦੀਆਂ 7 ਮਾਤਰਾ ਹੁੰਦੀਆਂ ਹਨ। ਇਸ ਵਿੱਚ ਲੱਗਣ ਵਾਲੇ ਸੁਰ ਸਾਰੇ ਕਮਾ ਪਾ ਦਾ ਨੀ ਸਾ ਨੀ ਕੋਮਲ, ਬਾਕੀ ਸਾਰੇ ਸ਼ੁੱਧ ਸੁਰ ਲੱਗ ਰਹੇ ਹਨ। ਸਾ ਨੀ ਦਾ ਪਾ ਮਾ ਗਾ ਰੇ ਸਾ ਨੀ ਦਾ ਸਾ। ਹੁਣ ਆਪਾਂ ਇੱਕ ਵਾਰ ਤਬਲੇ ਦੇ ਨਾਲ ਗਾਇਨ ਕਰਾਂਗੇ ਸ਼ਬਦ ਨੂੰ। ਬਾਅਦ ਵਿੱਚ ਜਿਹੜੇ ਸੁਣ ਕੇ ਨਹੀਂ ਕੱਢ ਸਕਦੇ, ਦੇਖ ਕੇ ਸ਼ਬਦ ਨੂੰ ਕੱਢ ਲੈਂਦੇ ਹਨ, ਉਹਨਾਂ ਲਈ ਮੈਂ ਸਲੋ ਸਲੋ ਸ਼ਬਦ ਪਲੇ ਕਰਾਂਗਾ, ਅਤੇ ਨਾਲ ਹੀ ਉਸਦੀ ਸਰਗਮ, ਅਤੇ ਨਾਲ ਹੀ ਉਸ ਸਰਗਮ ਦੇ ਉੱਪਰ ਸ਼ਬਦ ਕਿਸ ਤਰ੍ਹਾਂ ਲੱਗਣਾ ਹੈ ਲਾਸਟ ਵਿੱਚ ਆਪਾਂ ਗਾਇਨ ਕਰਕੇ ਦੱਸਾਂਗੇ। ਹੁਣ ਆਪਾਂ ਤਬਲੇ ਦੇ ਨਾਲ ਸ਼ੁਰੂ ਕਰਦੇ ਹਾਂ। ਸਾਖੀਐ ਕਾਰਜ ਦੇ
ਤੁਹਾਡਾ ਸ਼ਬਦ ਸੰਪੂਰਨ ਹੋ ਗਿਆ ਹੈ। ਹੁਣ ਮੈਂ ਇਸ ਦੀ ਸਰਗਮ ਬੋਲ ਕੇ ਦੱਸਾਂਗਾ। ਕੀ ਤਲੋੜੀ ਏ ਕੰਮ ਸੁਹਾਰ ਪੈ ਆਖੀਏ, ਇਹਨਾਂ ਦੇਖੋ ਮਾ 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 ਪਾ ਮਾ ਰੇ ਰੇ ਗਾ ਰੇ ਸਾ ਰੇ ਮਾ ਮਾ ਪਾ ਮਾ ਪਾ ਧਾ। ਸ਼ਬਦ ਦੇਖੋ ਕੀ ਤਲੋੜੀ ਏ ਕੰਮ ਸੁਹਾਰ ਪੈ, ਅਤੇ ਗਾ ਕੋਮਲ ਲਗਾ ਦੇਣਾ ਹੈ, ਹਰ ਪੈ ਆਖੀ ਆਖੀ ਐ ਕਾਰਜ ਦੇ ਸਵਾ ਸਤਿਗੁਰ ਸੱਚ ਸਾਖੀ ਐ। ਸਰਗਮ ਸਾ ਸਾ ਸਰ ਨੀ ਨੀ ਦਾਦਾ ਪਾਪਾ ਮਾ ਮਾ ਪਾ ਮਾ ਪਾ ਧਾ ਪਾ ਮਾ ਧਾ ਪਾ ਮਾ 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 ਮਾ। ਸ਼ਬਦ ਕਾਰਜ ਦੇ ਸਵਾ ਸਤਿਗੁਰ ਸੱਚ ਸਾਖੀ ਐ। ਜਿਹੜਾ ਅੰਤਰਾ ਹੈ ਇਹੀ ਸੁਰਾਂ ਤੇ ਆਉਣਾ ਹੈ। ਸੰਤਾ ਸੰਗ ਨਿਧਾਨ ਅੰਮ੍ਰਿਤ, ਸੇਮ ਉਹੀ ਸਰਗਮ ਹੈ। ਕੀ ਤਲੋੜੀ ਏ ਕੰਮ, ਯਾਨੀ ਕਿ ਅਸਥਾਈ ਦੀ ਸਰਗਮ ਜੇ ਤੁਸੀਂ ਕਰ ਲਈ ਤਾਂ ਸਾਰੇ ਅੰਤਰੇ ਇਸ ਦੇ ਉੱਤੇ ਹੀ ਲੱਗਣੇ ਹਨ। ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ। ਇਹ ਤੁਸੀਂ ਲਗਾਉਣਾ ਸੁੰਦਰਤਾ ਲਈ ਲਗਾ ਸਕਦੇ ਹੋ, ਵਰਨਾ ਸਿੱਧਾ ਹੀ ਕਰ ਲਓ। ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਕੀ ਤਲੋੜੀ ਏ ਕੰਮ ਸੁਹਰ ਪੈ ਆਖੀਐ, ਕਾਰਜ ਦੇ ਸਵਾ ਸਤਿਗੁਰ ਸੱਚ ਸਾਖੀਐ, ਕਾਰਜ ਦੇ ਸਵਾ ਸਤਿਗੁਰ ਸੱਚ ਸਾਖੀਐ, ਕਾਰਜ ਦੇ ਸਵਾ ਸਤਿਗੁਰ ਸੱਚ ਸਾਖੀਐ। ਵਾਹਿਗੁਰੂ, ਲਾਸਟ ਵਿੱਚ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਤਿੰਨ ਵਾਰੀ ਗਾਇਨ ਕਰਕੇ ਸਮਾਪਤੀ ਕਰ ਦੇਣੀ ਹੈ ਜੀ। ਤਾਲ ਦੇ ਵਿੱਚ ਅੱਜ ਆਪਾਂ ਕਹਿਰਵੇ ਤਾਲ ਦੇ ਵਿੱਚ ਸਿੰਪਲ ਰੀਤ ਕਰਾਂਗੇ। ਜਿਨ੍ਹਾਂ ਨੇ ਉਹ ਵਾਲੀ ਕੰਪੋਜੀਸ਼ਨ ਕਰਨੀ ਹੈ ਉਹ ਕਰ ਸਕਦੇ ਹਨ, ਜਿਨ੍ਹਾਂ ਨੇ ਜਿਹੜੀ ਹੁਣ ਕਰਵਾਵਾਂਗੇ ਇਹ ਵੀ ਗਾਇਨ ਕਰ ਸਕਦੇ ਹੋ। ਇਹ ਸਿੰਪਲ ਰੀਤ ਹੈ। ਕਹਿਰਵੇ ਤਾਲ ਦੇ ਵਿੱਚ ਖੁੱਲ੍ਹਾ ਕਹਿਰਵਾ ਅੱਠ ਮਾਤਰਾ ਦਾ ਤਾਲ ਹੈ, ਉਸ ਵਿੱਚ ਗਾਇਨ ਕਰਾਂਗੇ। ਇਸਨੂੰ ਤੁਸੀਂ ਮਾਂ ਤੋਂ ਗਾਇਨ ਕਰਨਾ ਹੈ। ਇਸਨੂੰ ਸਾਹ ਮੰਨ ਕੇ ਆਪਾਂ ਸਿੱਖਾਂਗੇ, ਲੇਕਿਨ ਥੋੜ੍ਹਾ ਤੁਸੀਂ ਸਾਹ 'ਤੇ ਵੀ ਸੁਰ ਕਰ ਸਕਦੇ ਹੋ, ਕਿਉਂਕਿ ਸੰਵਾਦ ਦਾ ਸੁਰ ਹੈ। ਪਹਿਲਾਂ ਮੈਂ ਤਬਲੇ ਦੇ ਨਾਲ ਗਾਇਨ ਕਰਕੇ ਦੱਸ ਦਿੰਦਾ ਹਾਂ, ਬਾਅਦ ਵਿੱਚ ਇਸਦੀ ਸਰਗਮ ਅਤੇ ਇਸਦੇ ਉੱਪਰ ਸ਼ਬਦ ਕਿਸ ਤਰ੍ਹਾਂ ਲੱਗਣਾ ਹੈ ਸਲੋ ਸਲੋ ਗਾਇਨ ਕਰਕੇ ਦੱਸਾਂਗਾ। ਸਿੰਪਲ ਰੀਤ ਹੈ, ਆਪ ਨੂੰ ਬਹੁਤ ਜਲਦੀ ਸਮਝ ਆ ਜਾਏਗੀ ਜਿਹੜੇ
ਰਿਆਜ਼ ਕਰਦੇ ਹਾਂ ਸਾਹਿਬ ਦਾ। ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ 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 ਉਸ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ 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 ਹੱਬੇ ਸਾਕ ਕੁੜਾ ਹੱਬੇ ਸਾਕ ਕੁੜਾ ਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਹੁਣ ਇਸ ਦੀ ਸਰਗਮ ਦੇਖੋ ਜੀ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਸਰਗਮ ਮਾਰੇ ਮਾਮਾ ਪਾਧਾ ਧਾ ਪਾ ਧਾ ਪਾ ਮਾ ਮਾ ਧਾ ਪਾ ਮਾਰੇ ਸ਼ਬਦ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਦੂਜੀ ਵਾਰੀ ਫਿਰ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਫਿਰ ਇੱਥੇ ਰੁਕ ਜਾਣਾ ਹੈ ਮਾਂ ਦੂਜੀ ਵਾਰੀ ਸਰਗਮ ਦੇਖੋ ਰੇ ਮਾ 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 ਪਾ ਧਾ ਧਾ ਪਾ ਧਾ ਪਾ ਪਾ ਮਾ ਮਾ ਸ਼ਬਦ ਦੇਖੋ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਇਸ ਤੋਂ ਬਾਅਦ ਅੰਤਰਾ ਸ਼ੁਰੂ ਹੋਣਾ ਹੈ ਉਸਤਤ ਨਿੰਦਾ ਨਾਨਕ ਜੀ ਸਰਗਮ ਸਾ ਸਾ ਨੀ ਸਾ ਰੇ ਸਾ ਨੀ ਧਾ ਨੀ ਸਾ ਸਾ ਸ਼ਬਦ ਉਸਤਤ ਨਿੰਦਾ ਨਾਨਕ ਜੀ ਨੈਕਸਟ ਲਾਈਨ ਵੀ ਸੇਮ ਸਰਗਮ ਤੇ ਆਉਣਾ ਹੈ ਮੈਂ ਹੱਬ ਵਜਾਈ ਛੋੜਿਆ ਸਾ ਨੀ ਸਾ ਰੇ ਸਾ ਨੀ ਧਾ ਨੀ ਸਾ ਸਾ
ਨੈਕਸਟ ਲਾਈਨ ਜਿਹੜੇ 3 ਅੱਖਰ ਹਨ ਉਹ ਵੀ ਇਸੀ ਸਰਗਮ 'ਤੇ ਆਉਣੇ ਹਨ। ਹੱਬੇ ਕਿਛ ਤਿਆਗੀ ਸਾ ਨੇ ਸਰ ਰੇ ਸਾ ਨੇ ਧਨ ਸਾ ਸਾ ਹੱਬ ਹੱਬ ਕਿਛ ਤਿਆਗੀ। ਇਸ ਤੋਂ ਬਾਅਦ ਤੋ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਸਰਗਮ ਦੇਖੋ ਰੇ ਸਾ ਧਾ ਪਾ ਧਾ ਸਾ ਧਾਪਾ ਧਾਪਾ ਮਾਮਾ ਸ਼ਬਦ ਤੋ ਪੱਲੇ ਤੈਂਡੇ ਲਾਗੀ ਨਾਲੇ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ। ਜਿਹੜਾ ਦੂਸਰਾ ਹੱਬੇ ਸਾਗ ਉਹ ਵੀ ਸੇਮ ਇਹੀ ਸਰਗਮ 'ਤੇ ਹੱਬੇ ਸਾਗ ਕੁੜਾ ਵੇ ਡਿੱਠੇ ਹੱਬੇ ਸਾਗ ਕੁੜਾ ਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ ਪੱਲੇ ਤੈਂਡੇ ਲਾਗੀ ਤੋ ਪੱਲੇ ਤੈਂਡੇ ਲਾਗੀ। ਇਹ ਹੈ ਸ਼ਬਦ ਦੀ ਕੰਪੋਜੀਸ਼ਨ ਸੌਖੀ ਪਹਿਲਾਂ ਰੂਪਕ ਤਾਲ। ਮੇਰੀਆਂ ਭੈਣਾਂ ਦੇ ਸਕੇਲ ਤੋਂ ਵੀ ਮੈਂ ਵੀਡੀਓ ਅਪਲੋਡ ਕਰ ਦਿੱਤੀ ਹੈ, ਉਹ ਵਾਲੀ ਵੀਡੀਓ ਦੇਖ ਸਕਦੇ ਹਨ। ਇਹ ਵੀਰਾਂ ਦਾ ਸਕੇਲ ਹੈ ਕਿਉਂਕਿ ਜ਼ਿਆਦਾ ਉੱਚੀ ਨਾ ਹੋਣ ਕਰਕੇ ਇਹ ਸੁਰ ਰੱਖਿਆ ਗਿਆ ਹੈ। ਇਹ ਸਿਰਫ ਇਹ ਵਾਲੇ ਸਾਹ ਤੱਕ, ਪਹਿਲੇ ਕਾਲੇ ਦੇ ਸਾਹ ਤੱਕ ਹੀ ਜਾਏਗਾ, ਉੱਪਰ ਨਹੀਂ ਜਾਏਗਾ। ਇਸ ਲਈ ਆਪਾਂ ਚੌਥੇ ਕਾਲੇ ਤੋਂ ਗਾਇਨ ਕਰਨਾ ਸਿੱਖਾਂਗੇ। ਰੂਪਕ ਤਾਲ ਦੇ ਵਿੱਚ ਆਪਾਂ ਇਸਨੂੰ ਸਿੱਖਾਂਗੇ। ਰੂਪਕ ਤਾਲ ਦੀਆਂ 7 ਮਾਤਰਾ ਹੁੰਦੀਆਂ ਹਨ। ਪਹਿਲਾਂ ਮੈਂ ਤਬਲੇ ਦੇ ਨਾਲ ਗਾਇਨ ਕਰਾਂਗਾ, ਬਾਅਦ ਵਿੱਚ ਉਸਦੀ ਸਰਗਮ ਸਲੋ ਸਲੋ ਵਜਾ ਕੇ ਦੱਸਾਂਗਾ ਅਤੇ ਨਾਲ ਹੀ ਉਸਦੇ ਉੱਤੇ ਸ਼ਬਦ ਵੀ ਲਗਾ ਕੇ ਦੱਸਾਂਗਾ ਜੀ। ਹਰ ਪਹਿਲੜੀ ਲਾਮ ਪਰ ਵਿਰਤਿ ਕਰਮ ਦ੍ਰਿੜਾਇਆ ਬਲਰਾਮ ਜਿਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜਿਓ ਧਰਮ ਦ੍ਰਿੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਆਰਾਧੋ ਸਭ ਤਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਪਹਿਲੜੀ ਲਾਮ ਹਰ ਪਹਿਲੜੀ ਲਾਮ ਹਰ ਪਹਿਲੜੀ ਲਾਮ। ਇਹ ਹੈ ਪਹਿਲੀ ਲਾਮ। ਹੁਣ ਇਸਦੀ ਆਪਾਂ ਸਰਗਮ ਦੇਖਾਂਗੇ। ਹਰ ਪਹਿਲੜੀ ਲਾਮ ਪਰ
ਬਿਰਤੀ ਕਰਮ ਦ੍ਰਿੜਾਇਆ, ਦ੍ਰਿੜਾਇਆ ਤਾਂ ਕੀ ਦੇਖੋ, ਸਾ 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 ਰੇ ਗਾ ਰੇ ਸਾ ਨੀ ਧਾ 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 ਸਾ ਸਾ। ਠੀਕ ਹੈ ਜੀ, ਦ੍ਰਿੜਾਇਆ ਤੱਕ ਹੋ ਗਿਆ। ਹੁਣ ਸ਼ਬਦ ਦੇਖੋ, ਹਾਰ ਪਹਿਲੜੀ ਲਾਵ, ਲਾਵ ਸਾ ਤੱਕ, ਲਾਵ ਸਾ ਤੇ ਹੀ ਬੋਲਣਾ ਹੈ। ਹਾਰ ਪਹਿਲੜੀ ਲਾਵ ਪਰ, ਪਰ ਵੀ ਇੱਥੇ ਪਰ, ਵਿਰਤੀ ਕਰਮ ਦ੍ਰਿੜਾਇਆ, ਬਲ ਰਾਮ ਜੀਓ। ਨੈਕਸਟ ਲਾਈਨ, ਬਾਣੀ ਬ੍ਰਹਮ ਵੇਦ ਧਰਮ ਦ੍ਰਿੜੋ, ਪਾਪ ਜਾਇਆ ਬਲ ਰਾਮ ਜੀਓ। ਸਰਗਮ ਦੇਖੋ, ਸਾ ਗਾ, ਹੁਣ ਗਾ ਸ਼ੁੱਧ ਲੱਗਣਾ ਹੈ ਇਹਦੇ 'ਚ, ਮਾ ਗਾ ਮਾ ਗਾ ਮਾ ਗਾ ਰੇ ਰੇ ਗਾ ਰੇ ਸਾ ਨੀ ਧਾ ਧਾ ਸਾ ਰੇ ਗਾ ਰੇ ਰੇ ਸਾ। ਸ਼ਬਦ ਦੇਖੋ, ਬਾਣੀ ਬ੍ਰਹਮਾ, ਮਾ ਗਾ ਤੇ ਬਾਣੀ, ਬਾਣੀ ਮਾ ਗਾ ਮਾ ਗਾ ਰੇ, ਪਹਿਲਾਂ ਸ਼ੁੱਧ ਗਾਲ ਗਾਣਾ ਹੈ, ਬਾਣੀ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਜਾਇਆ ਬਲ ਰਾਮ ਜੀਓ। ਠੀਕ ਹੈ ਜੀ, ਹੁਣ ਜਿਹੜੀ ਨੈਕਸਟ ਲਾਈਨ ਹੈ, ਸੇਮ ਜਿਹੜੀ ਪਹਿਲਾਂ ਲਾਈਨ ਕੀਤੀ ਹੈ, ਹਰ ਪਹਿਲੀ ਪਹਿਲੜੀ ਲਾਓ, ਉਹੀ ਵਾਲੀ ਸਰਗਮ, ਧਰਮ ਦ੍ਰਿੜੋ ਹਰ ਨਾਮ ਤਿਆਵਹੋ, ਸਿਮਰਤ ਨਾਮ ਦ੍ਰਿੜਾਇਆ, ਸਤਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸੇਮ ਉਹੀ ਸਰਗਮ ਹੈ ਜਿਹੜੀ ਪਹਿਲਾਂ ਕੀਤੀ ਹੈ, ਸਹਿਜ ਆਨੰਦ ਹੋਆ ਵੱਡ ਭਾਗੀ ਮਨ, ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇਆ। ਇੱਥੇ ਖਤਮ ਹੋ ਗਈ ਲਾਮ, ਫਿਰ ਤੁਸੀਂ ਕਰਨਾ ਹੈ ਹਾਰ ਪਹਿਲੜੀ ਲਾਮ। ਸਰਗਮ ਦੇਖੋ, ਮਾ ਗਾ ਰੇ 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 ਸਾ ਸਾ, ਸ਼ਬਦ ਹਾਰ ਪਹਿਲੜੀ ਲਾਮ, ਤਿੰਨ ਵਾਰੀ ਬੋਲ ਸਕਦੇ ਹੋ, ਹਾਰ ਪਹਿਲੜੀ ਲਾਮ, ਹਾਰ ਪਹਿਲੜੀ ਲਾਮ, ਹਾਰ ਪਹਿਲੜੀ ਲਾਮ। ਇਹ ਹੈ ਪਹਿਲੀ ਲਾਮ। ਜਿਹੜੀ ਦੂਸਰੀ ਲਾਮ ਹੈ, ਸੇਮ ਇਹੀ ਸਰਗਮ 'ਤੇ ਆਉਣੀ ਹੈ। ਦੂਸਰੀ ਲਾਮ ਮੈਂ ਗਾ ਕੇ ਦੱਸ ਦਿੰਦਾ ਹਾਂ ਇੱਕ ਵਾਰੀ ਤਬਲੇ ਦੇ ਨਾਲ, ਹਾਰ ਦੂਜੜੀ ਲਾਮ, ਸਤਿਗੁਰ ਪੁਰਖ ਮਿਲਾਇਆ, ਸਤਿਗੁਰ ਪੁਰਖ ਮਿਲਾਇਆ, ਬਲ ਰਾਮ ਜੀਓ,
ਨਿਰਭਉ ਪੈ ਮਨ ਹੋਏ ਹੋ ਮੈਂ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹਿਆ ਪਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਏ ਹਰ ਦੂਜੜੀ ਲਾਮ ਹਰ ਦੂਜੜੀ ਲਾਮ ਹਰ ਦੂਜੜੀ ਲਾਮ ਇਹ ਦੂਸਰੀ ਲਾਮ ਸੇਮ ਪਹਿਲੀ ਲਾਮ ਵਾਲੀ ਹੀ ਸਰਗਮ ਹੈ ਤੁਸੀਂ ਲਾਵਾਂ ਵਿੱਚ ਇਹ ਚੀਜ਼ ਦਾ ਧਿਆਨ ਰੱਖਣਾ ਹੈ ਜਦੋਂ ਜੋੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਕਰ ਲਗਾਉਂਦੇ ਹੋਣ ਉਸ ਵੇਲੇ ਤੁਸੀਂ ਦੇਖਣਾ ਹੈ ਉਹਦਾ ਚੱਕਰ ਲਗਾਉਣ ਦਾ ਸਮਾਂ ਉਸ ਹਿਸਾਬ ਦੇ ਨਾਲ ਤੁਸੀਂ ਆਪਣੀ ਲੈਅ ਨੂੰ ਰੱਖਣਾ ਹੈ ਜਦੋਂ ਉਹ ਚੱਕਰ ਲਗਾ ਕੇ ਆਪਣੇ ਸਥਾਨ 'ਤੇ ਆਉਣ ਵਾਪਸ ਜਿੱਥੇ ਉਹ ਬੈਠਦੇ ਹਨ ਉੱਥੇ ਤੁਹਾਡੀ ਲਾਮ ਪੂਰੀ ਹੋਣੀ ਚਾਹੀਦੀ ਹੈ ਇਹ ਨਹੀਂ ਵੀ ਉਹ ਅੱਧ ਚਾਹੇ ਤੁਹਾਡੀ ਲਾਮ ਖਤਮ ਹੋ ਜਾਵੇ ਜਾਂ ਉਹ ਬੈਠ ਕੇ ਤੁਹਾਡੀ ਲਾਮ ਹਜੇ ਪਈ ਹੈ ਤੁਸੀਂ ਇਸ ਹਿਸਾਬ ਨਾਲ ਗਾਣੀ ਹੈ ਕਿ ਉਸਨੂੰ ਲੰਬਾ ਵੀ ਕਰ ਸਕੋ ਅਗਰ ਉਹ ਹੌਲੀ ਚੱਲ ਰਹੇ ਹਨ ਤਾਂ ਇੱਕ ਲਾਈਨ ਨੂੰ ਥੋੜ੍ਹਾ ਦੁਬਾਰਾ ਬੋਲ ਲਓ ਰਿਪੀਟ ਕਰ ਲਓ ਜਦੋਂ ਬੈਠਣ ਲੱਗਦੇ ਹਨ ਨੇੜੇ ਜਾਂਦੇ ਹਨ ਤੁਸੀਂ ਬੋਲ ਕੇ ਖਤਮ ਕਰ ਦੇਣੀ ਹੈ ਫਿਰ ਤੀਸਰੀ ਲਾਮ ਪਹਿਲਾਂ ਗ੍ਰੰਥੀ ਸਿੰਘ ਬਾਬਾ ਜੀ ਦੀ ਤਾਬਿਆਂ 'ਤੇ ਬੈਠ ਕੇ ਬੋਲਦਾ ਹੈ ਉਸ ਤੋਂ ਬਾਅਦ ਰਾਗੀ ਸਿੰਘ ਨੇ ਗਾਇਨ ਕਰਨੀ ਹੈ ਤੀਸਰੀ ਲਾਮ ਸੇਮ ਇਹੀ ਸਰਗਮ 'ਤੇ ਗਾਇਨ ਕਰਨੀ ਹੈ ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵੱਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜੀਓ ਹਰ ਤੀਜੜੀ ਲਾਮ ਹਰ ਤੀਜੜੀ ਲਾਮ ਹਰ ਤੀਜੜੀ ਲਾਮ ਇਹ ਹੋ ਗਈ ਹੈ ਤੀਸਰੀ ਲਾਮ ਹੁਣ ਆਪਾਂ ਇਹੀ ਸੁਰਾਂ 'ਤੇ ਲਾਸਟ ਲਾਮ ਚੌਥੀ ਲਾਮ ਗਾਇਨ ਕਰਾਂਗੇ ਹਰ ਚੌਥੜੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲੇ ਆਸੂ
ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ ਹਰ ਚੌਥੜੀ ਨਾਮ ਹਰ ਚੌਥੜੀ ਨਾਮ ਹਰ ਚੌਥੜੀ ਨਾਮ ਇਹ ਤੁਹਾਡੀਆਂ ਚਾਰ ਲਾਵਾਂ ਸੰਪੂਰਨ ਹੋ ਗਈਆਂ ਹਨ ਜੀ ਜਿਹੜੇ ਵਿਆਹ ਦੇ ਸ਼ਬਦ ਹੁੰਦੇ ਹਨ ਉਹ ਵੀ ਵੀਡੀਓਜ਼ ਵਿੱਚ ਅਪਲੋਡ ਕਰ ਦਿੱਤੇ ਗਏ ਹਨ ਤੁਸੀਂ ਸੁਣ ਸਕਦੇ ਹੋ ਨਿਊ ਕੰਪੋਜੀਸ਼ਨਾਂ ਵਿੱਚ ਅੱਜ ਆਪਾਂ ਸ਼ਬਦ ਕਰਾਂਗੇ ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਜਦੋਂ ਆਨੰਦ ਕਾਰਜ ਕੀਤੇ ਜਾਂਦੇ ਹਨ ਅਤੇ ਲਾਸਟ ਵਿੱਚ ਇਹ ਸ਼ਬਦ ਤੁਸੀਂ ਗਾਇਨ ਕਰ ਸਕਦੇ ਹੋ ਆਨੰਦ ਕਾਰਜ ਦੇ ਮੱਧ ਸਪਤਕ ਦੇ ਦੂਸਰੇ ਕਾਲੇ ਤੋਂ ਆਪਾਂ ਇਸ ਸ਼ਬਦ ਨੂੰ ਕਰਾਂਗੇ ਦਾਦਰਾ ਤਾਲ ਦੇ ਵਿੱਚ ਇਹ ਕੰਪੋਜੀਸ਼ਨ ਹੈ ਫਰੈਸ਼ ਕੰਪੋਜੀਸ਼ਨ ਹੈ ਆਪਾਂ ਮਾਂ ਨੂੰ ਵੀ ਸਾਹ ਮੰਨ ਕੇ ਕਹਿ ਸਕਦੇ ਹਾਂ ਇੱਥੇ ਤੋਂ ਆਪਾਂ ਕਰਾਂਗੇ ਸ਼ਬਦ ਨੂੰ ਸੰਵਾਦ ਦਾ ਬੜਾ ਸੁਰ ਕੀਤਾ ਜਾ ਸਕਦਾ ਹੈ ਦੂਸਰੇ ਕਾਲੇ 'ਤੇ ਦਾਦਰਾ ਤਾਲ ਦੇ ਵਿੱਚ ਇਹ ਕੰਪੋਜੀਸ਼ਨ ਹੈ ਦਾਦਰਾ ਤਾਲ ਦੀਆਂ 6 ਮਾਤਰਾ ਹੁੰਦੀਆਂ ਹਨ ਪਹਿਲਾਂ ਮੈਂ ਤਬਲੇ ਦੇ ਨਾਲ ਸ਼ਬਦ ਨੂੰ ਗਾਇਨ ਕਰਕੇ ਦੱਸਾਂਗਾ ਜਿਹਨਾਂ ਨੇ ਸੁਰ ਕੇ ਕੱਢਣਾ ਹੈ ਉਹ ਸੁਣ ਕੇ ਕੱਢ ਲੈਣ ਜਿਹੜੇ ਦੇਖ ਕੇ ਕੱਢਣਾ ਚਾਹੁੰਦੇ ਹਨ ਵੀਡੀਓ ਤੋਂ ਮੈਂ ਲਾਸਟ ਵਿੱਚ ਜਾ ਕੇ ਸਲੋ ਸਲੋ ਗਾਇਨ ਕਰਕੇ ਦੱਸਾਂਗਾ ਇਸਦੀ ਸਰਗਮ ਵਜਾ ਕੇ ਦੱਸਾਂਗਾ ਅਤੇ ਸਰਗਮ ਦੇ ਉੱਤੇ ਸ਼ਬਦ ਨੂੰ ਸਲੋ ਸਲੋ ਗਾਇਨ ਕਰਕੇ ਦੱਸਾਂਗਾ ਪਹਿਲਾਂ ਆਪਾਂ ਸ਼ਬਦ ਗਾਇਨ ਕਰਦੇ ਹਾਂ ਜੀ ਦਾਦਰਾ ਤਾਲ ਦੇ ਵਿੱਚ ਵਿਆਹ ਹੋਆ ਮੇਰੇ ਬਾਬੂ ਦਾ ਬੁਲਾਇਆ ਵਿਆਹ ਹੋਆ ਮੇਰੇ ਬਾਬੂ
ਹਾਰ ਰਤਨ ਪਦਾਰਥ ਲਾਦਾ ਬਲ ਗੁਰ ਗਿਆਨ ਅੰਧੇਰਾ ਬਿਨਸਿਆ ਹਾਰ ਰਤਨ ਪਦਾਰਥ ਲਾਦਾ ਹਉ ਮੈਂ ਰੋਗ ਗਿਆ ਦੁਖ ਲਾਦਾ ਸੰਪੂਰਨ ਗਾਇਨ ਕਰ ਦਿੱਤਾ ਗਿਆ ਹੈ, ਸਾਰੇ ਅੰਤਰੇ ਮੈਂ ਲਗਾ ਕੇ ਦੱਸ ਦਿੱਤੇ ਹਨ। ਹੁਣ ਇੱਕ ਵਾਰ ਅਸਥਾਈ ਅਤੇ ਅੰਤਰਾ ਮੈਂ ਸਲੋ ਸਲੋ ਗਾਇਨ ਕਰਕੇ ਦੱਸਾਂਗਾ ਅਤੇ ਉਸਦੀ ਸਰਗਮ ਅਤੇ ਉਸਦੇ ਉੱਤੇ ਸ਼ਬਦ ਕਿਸ ਤਰ੍ਹਾਂ ਲੱਗਣਾ ਹੈ ਮੈਂ ਸਲੋ ਸਲੋ ਵਜਾ ਕੇ ਦੱਸਾਂਗਾ, ਤੁਸੀਂ ਦੇਖ ਸਕਦੇ ਹੋ। ਵਿਆਹ ਹੋਆ ਮੇਰੇ ਬਾਬੁਲਾ, ਇੰਨਾ ਹੀ ਦੇਖੋ। ਸਾਧਾ ਧਾ ਧਾ ਕੋਮਲ ਸ਼ੁੱਧ ਵੀ ਲੱਗੇਗਾ। ਸਾ ਧਾ ਧਾ ਪਾ ਧਾ ਮਾ ਪਾ ਧਾ ਧਾ ਸਾ ਧਾ ਧਾ ਧਾ, ਫਿਰ ਦੇਖੋ ਜੀ। ਸਾ ਧਾ ਧਾ ਪਾ ਧਾ ਮਾ ਪਾ ਧਾ ਧਾ ਸਾ ਧਾ ਧਾ, ਸ਼ਬਦ ਵਿਆਹ ਹੋਆ ਮੇਰੇ ਬਾਬੁਲਾ। ਨੈਕਸਟ ਲਾਈਨ ਵਿਆਹ ਹੋਆ ਮੇਰੇ ਬਾਬੁਲਾ, ਵਿਆਹ ਸਰਗਮ ਧਾ 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 ਪਮਾ ਰੇ ਧਾ ਪਮਾ ਪਮਾ ਰੇ ਸਾ ਵਿਆਹ ਹੋਆ, ਸ਼ਬਦ ਵਿਆਹ ਹੋਆ ਮੇਰੇ ਬਾਬੁਲਾ। ਵਿਆਹ ਹੋਆ ਦੂਜੀ ਵਾਰੀ ਫਿਰ ਜਦੋਂ ਬੋਲਣਾ ਹੈ, ਵਿਆਹ ਹੋਆ ਮੇਰੇ ਬਾਬੁਲਾ, ਵਿਆਹ ਹੋਆ ਮੇਰੇ ਬਾ
ਫਿਰ ਪਾ ਤੇ ਮਾਂ ਤੇ ਰੁਕ ਜਾਣਾ ਹੈ। ਜਦੋਂ ਗੁਰਮੁਖੇ ਹਰ ਪਾਇਆ ਅਗਲੀ ਲਾਈਨ ਗਾਇਨ ਕਰਨੀ ਹੈ, ਫਿਰ ਦੂਸਰੀ ਵਾਰੀ ਮਾਂ ਤੇ ਰੁਕਣਾ ਹੈ, ਇੱਥੇ ਤੇ ਚੁੱਕਣਾ ਹੈ। ਗੁਰਮੁਖੇ ਹਰ ਪਾਇਆ ਸਰਗਮ ਮਾਰੇ ਰੇ ਸਾ ਸਾ ਰੇ 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 ਸਾ 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 ਸ਼ਬਦ ਗੁਰਮੁਖੇ ਹਰ ਪਾਇਆ। ਫਿਰ ਨੈਕਸਟ ਲਾਈਨ ਸੇਮ ਵਿਆਹ ਹੋਇਆ ਮੇਰੇ ਬਾਬਲਾ ਉਹੀ ਸਰਗਮ ਤੇ। ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਵਿਆਹ ਹੋਆ ਮੇਰੇ ਬਾਬਲਾ ਵਿਆਹ ਹੋਆ ਮੇਰੇ ਬਾਬਲਾ। ਆ ਲਾਸਟ ਵਾਲਾ ਅੰਗ ਦੇਖੋ ਵਿਆਹ ਹੋਆ ਮੇਰੇ ਦਾਦਾ ਸਾ ਸਾਰੇ ਰੇ ਸਾ ਥਾ ਪਾ ਮਾ ਥਾ ਪਾ ਥਾ ਮਾ ਪਾ ਰੇ ਮਾ 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 ਸ਼ਬਦ ਵਿਆਹ ਹੋਆ ਮੇਰੇ ਬਾਬੁਲਾ। ਇੱਥੇ ਤੋਂ ਅੰਤਰਾ ਸ਼ੁਰੂ ਹੋ ਜਾਣਾ ਹੈ। ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਧਾ ਸਰਗਮ ਸਾਧਾ ਧਾ 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 ਸਾ ਰੇ ਰੇ ਸਾਧਾ ਧਾ 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 ਪਾ ਮਾ ਰੇ ਧਾ ਪਾ 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 ਮਾ 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 ਸ਼ਬਦ ਦੇਖੋ ਬਲੈ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਧਾ। ਬਾਕੀ ਸਾਰੇ ਅੰਤਰੇ ਇਹੀ ਸਰਗਮ ਤੇ ਆਣੇ ਹਨ। ਹੋ ਮੈਂ ਰੋਗ ਗਿਆ ਦੁਖ ਲਾਧਾ ਆਪ ਆਪੇ ਗੁਰਮੁਖ ਖਾਧਾ ਅਕਾਲ ਮੂਰਤ ਵਰ ਪਾਇਆ ਆਪ ਨਾਸੀ ਨਾ ਕਦੇ ਮਰੇ ਨਾ ਜਾ ਅਸਥਾਈ ਅਤੇ ਅੰਤਰਾ ਦੀ ਸਰਗਮ ਵੀ ਦੇਖ ਲਈ ਹੈ, ਪੂਰਾ ਸ਼ਬਦ ਵੀ ਗਾਇਨ ਕਰਕੇ ਦੱਸ ਦਿੱਤਾ ਗਿਆ ਹੈ, ਸਾਰੇ ਅੰਤਰੇ ਗਾ ਕੇ ਦੱਸ ਦਿੱਤੇ ਗਏ ਹਨ, ਕਿਹੜੇ ਕਿਹੜੇ ਸਵਰ ਤੇ ਕਿਹੜਾ ਕਿਹੜਾ ਸ਼ਬਦ ਦਾ ਬੋਲ ਆਉਣਾ ਹੈ। ਮੱਧ ਸਪਤਕ ਦੇ ਦੂਸਰੇ ਕਾਲੇ ਤੋਂ ਇਸਨੂੰ ਆਪਾਂ ਗਾਇਨ ਕਰਨਾ ਸਿੱਖਾਂਗੇ। ਕਹਿਰਵੀ ਤਾਲ ਦੇ ਵਿੱਚ ਇਹ ਕੰਪੋਜੀਸ਼ਨ ਹੈ। ਕਹਿਰਵੀ ਤਾਲ ਦੀਆਂ 8 ਮਾਤਰਾ ਹੁੰਦੀਆਂ ਹਨ, ਖੁੱਲ੍ਹਾ ਕਹਿਰਵਾ ਵੱਜੇਗਾ। ਇਹ ਜਿਹੜੀ ਕੰਪੋਜੀਸ਼ਨ ਹੈ ਹਜੇ ਨਵੀਂ ਕੰਪੋਜੀਸ਼ਨ ਹੈ, ਹਜੇ ਕਿਸੇ ਵੀ ਰਾਗੀ ਸਿੰਘ ਨੇ ਇਸ ਕੰਪੋਜੀਸ਼ਨ ਨੂੰ ਨਹੀਂ ਗਾਇਨ ਕੀਤਾ ਹੈ, ਤੁਹਾਡੀ ਆਪਣੀ ਕੰਪੋਜੀਸ਼ਨ ਹੈ। ਪਹਿਲਾਂ ਮੈਂ ਤਬਲੇ ਦੇ ਨਾਲ ਸ਼ਬਦ ਨੂੰ ਗਾਇਨ ਕਰਦਾਂਗਾ, ਸਾਰੇ ਅੰਤਰੇ ਲਗਾ ਕੇ ਦੱਸਾਂਗਾ। ਜਿਹੜੇ ਸੁਣ ਕੇ ਕੱਢ ਸਕਦੇ ਹਨ ਕੰਪੋਜੀਸ਼ਨ ਨੂੰ ਉਹ ਸੁਣ ਕੇ ਕੱਢ ਲੈਣ, ਜਿਹੜੇ ਸੁਣ ਕੇ ਨਹੀਂ ਕੱਢ ਸਕਦੇ ਹਨ ਲਾਸਟ ਵਿੱਚ ਮੈਂ
ਸਲੋ ਸਲੋ ਅਸਥਾਈ ਅਤੇ ਅੰਤਰਾ ਵਜਾ ਕੇ ਦੱਸਾਂਗਾ ਅਤੇ ਉਸਦੀ ਸਰਗਮ ਅਤੇ ਉਸਦੇ ਉੱਤੇ ਸ਼ਬਦ ਕਿਸ ਤਰ੍ਹਾਂ ਲੱਗਣਾ ਹੈ ਸਲੋ ਸਲੋ ਲਾਸਟ ਵਿੱਚ ਆਪਾਂ ਦੇਖਾਂਗੇ। ਸ਼ੁਰੂ ਵਿੱਚ ਆਪਾਂ ਇੱਕ ਛੋਟੇ ਜਿਹੇ ਅਲਾਪ ਤੋਂ ਫਿਰ ਸ਼ਬਦ ਸ਼ੁਰੂ ਕਰਾਂਗੇ ਜੀ।
ਬਜਾਵਤ ਗੀਤ ਬਜਾਵਤ ਤਾਲ ਦਿਆਵਤ ਆਵਤ ਨਾਗਰ ਨਾਰੀ ਦਿਆਵਤ ਆਵਤ ਨਾਗਰ ਨਾਰੀ ਦੇਵ ਹਜ਼ਾਰ ਵਜੇ ਇੱਕ ਵਾਰ ਹਜ਼ਾਰ ਵਜੇ ਇੱਕ ਵਾਰ ਮਹਾ ਸਭ ਦੇਖ ਹੱਸੇ ਨਰ ਨਾਰੀ ਮਹਾ ਸਭ ਦੇਖ ਹੱਸੇ ਨਰ ਨਾਰੀ ਜੋਰੀ ਜੀਵੇ ਜੋਰੀ ਜੀਵੇ ਜੋਰੀ ਜੀਵੇ ਜੋਰੀ ਜੀਵੇ ਜੁਗ ਚਾਰ ਤਿਹਾਰੀ ਜੋਰੀ ਜੀਵੇ ਜੁਗ ਚਾਰ ਤਿਹਾਰੀ ਦੇਹ ਅਸੀਸ ਕਹੇ ਜਗਦੀਸ ਦੇਹ ਅਸੀਸ ਕਹੇ ਜਗਦੀਸ ਜੋਰੀ ਜੀਵੇ 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 ਤੁਹਾਡਾ ਸ਼ਬਦ ਮੈਂ ਸੰਪੂਰਨ ਗਾਇਕ ਕਰਕੇ ਦੱਸਿਆ ਹੈ। ਹੁਣ ਆਪਾਂ ਅਸਥਾਈ ਅਤੇ ਅੰਤਰੇ ਦੀ ਸਰਗਮ ਦੇਖ ਲੈਂਦੇ ਹਾਂ ਅਤੇ ਸ਼ਬਦ ਇਸ ਤਰ੍ਹਾਂ ਲੱਗਣਾ ਹੈ, ਜਿਹੜੇ ਦੇਖ ਕੇ ਕੱਢਣਾ ਚਾਹੁੰਦੇ ਹੋ ਦੇਖ ਕੇ ਕੱਢ ਲੈਣ। ਜੋਰੀ ਜੀਵੇ ਜੋਰੀ ਜੀਵੇ, ਪਹਿਲਾਂ ਦੋ ਵਾਰੀ ਬੋਲਣਾ ਹੈ ਜਦੋਂ ਸਾਰੇ ਧਾ ਸਾ ਨੀਚੇ ਵਾਲਾ ਧਾ ਦੇਖੋ ਉੱਤੇ ਵਾਲਾ ਧਾ ਨੀਚੇ ਬਿੰਦੀ ਵਾਲਾ ਧਾ ਸਾਰੇ ਧਾ ਸਾ ਦੇਖੋ ਜੋਰੀ ਜੀਵੇ ਜੋਰੀ ਜੀਵੇ, ਅਗਲੀ ਵਾਰੀ ਜੋਰੀ ਜੀਵੇ ਬੋਲਣਾ ਜਦੋਂ ਜੋਰੀ ਜੀਵੇ ਸ਼ਬਦ ਸਰਗਮ ਗਰ ਗਾ ਗਾਰੇ ਸਾ ਸ਼ਬਦ ਜੋਰੀ ਜੀਵੇ, ਫਿਰ ਦੁਬਾਰਾ ਤੁਸੀਂ ਇਸ ਤੋਂ ਜਿਹੜੀ ਪਹਿਲੀ ਲਾਈਨ ਹੈ ਜੋਰੀ ਜੀਵੇ ਜੋਰੀ ਜੀਵੇ ਨਹੀਂ ਉਹੀ ਸਰਗਮ, ਫਿਰ ਤੁਸੀਂ ਆ ਜਾਣਾ ਹੈ ਪਹਿਲੀ ਲਾਈਨ ਤੇ ਜੋਰੀ ਜੀਵੇ ਜੋਰੀ ਜੀਵੇ, ਨੈਕਸਟ ਲਾਈਨ ਜੋਰੀ ਜੀਵੇ ਜੁਗ ਚਾਰ ਤਿਹਾਰੀ ਸਰਗਮ ਪਾਪ ਸਦਾ ਸਸਾ ਸਾਰੀ ਧਾ 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 ਨਿਪਾ ਧਾ 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 ਸਲੋ ਦੇਖੋ ਪਾਪਾ ਸਦਾ ਦਾ ਸਾ ਨੀ ਧਾ
ਨੀ ਕੋਮਲ ਧਾ ਧਾ ਨੀ ਪਾ ਧਾ 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 ਪਾ ਸ਼ਬਦ ਜੋਰ ਜੀਵੈ ਜੁਗ ਚਾਰ ਤਿਹਾਰੀ ਨੈਕਸਟ ਲਾਈਨ ਦੇਹ ਅਸੀਸ ਕਹੇ ਜਗਦੀਸ ਸਰਗਮ ਇੱਥੇ ਤੁਸੀਂ ਕੋਡ ਦੇ ਸਕਦੇ ਦੇਹ ਅਸੀਸ ਕਹੇ ਜਗਦੀਸ ਫਿਰ ਦੀਸ ਤੇ ਆ ਕੋਡ ਸਾਗਾ ਪਾ ਦਾ ਪਹਿਲਾਂ ਸਾਮਾ ਧਾ ਦਾ ਦੇਹ ਅਸੀਸ ਸਰਗਮ ਧਾ 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 ਪਾ ਸਾ ਧਾ ਪਾ ਮਾ ਸ਼ਬਦ ਦੇਹ ਅਸੀ ਸ ਨੈਕਸਟ ਲਾਈਨ ਕਹੇ ਜਗਦੀਸ ਸਰਗਮ ਧਾ ਧਾ ਨੀ ਨੀ ਧਾ ਪਾ ਧਾ ਧਾ ਪਾ ਫਿਰ ਦੁਬਾਰਾ ਬੋਲਣਾ ਹੈ ਦੇਹ ਅਸੀ ਸ ਕਹੇ ਜਗਦੀਸ ਜਦੋਂ ਦੂਸਰੀ ਵਾਰੀ ਬੋਲਣਾ ਹੈ ਫਿਰ ਨੀਚੇ ਆ ਜਾਣਾ ਹੈ ਸਾਹ ਦੇ ਕਹੇ ਜਗਦੀਸ ਧਾ ਧਾ ਨੀ ਧਾ ਪਾ ਧਾ ਧਾ ਪਾ ਧਾ ਧਾ ਪਾ ਗਾ ਰੇ ਸਾ ਧਾ ਧਾ ਪਾ ਗਾ ਰੇ ਸਾ ਦੇਹ ਅਸੀਸ ਕਹੇ ਜਗਦੀਸ ਫਿਰ ਜੋਰੀ ਜੀਵਿਤ ਜੋਰੀ ਜੀਵੈ ਜੋਰੀ ਜੀਵੈ ਇਹ ਤੁਸੀਂ ਅੰਗ ਲਗਾ ਸਕਦੇ ਹੋ ਜੇ ਤੁਹਾਨੂੰ ਸੁੱਖਾ ਲੱਗਦਾ ਹੈ ਲਗਾਉਣਾ ਜੋਰੀ ਜੀਵੈ ਠੀਕ ਹੈ ਜੀ ਵੈ ਮਾਤੀ ਪਰ ਵੈ ਪਮਾ ਧਾ ਪਮਾ ਜੋਰੀ ਜੀਵੈ ਜੋਰੀ ਜੀਵੈ ਜੋਰੀ ਜੀਵੈ ਜੋਰੀ ਜੀਵੈ 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 ਹੁਣ ਆਪਾਂ ਦੇਖਾਂਗੇ ਅੰਤਰਾ ਢੋਲ ਮਰਦਾਂਗ ਵਜੇ ਸਭ ਹੀ ਕਰ ਸੇਮ ਉਹੀ ਸਰਗਮ ਹੈ ਜਿਹੜੀ ਅਸਥਾਈ ਵਿੱਚ ਕੀਤੀ ਹੈ ਦੇਹ ਅਸੀਸ ਕਹੇ ਜਗਦੀਸ ਅਸਥਾਈ ਵਿੱਚ ਤੁਸੀਂ ਇਹੀ ਲਾਈਨ ਕੀਤੀ ਹੈ ਅੰਤਰੇ ਦੀ ਸੇਮ ਉਹੀ ਸਰਗਮ ਹੈ ਢੋਲ ਮਰਦਾਂਗ ਵਜੇ ਸਭ ਹੀ ਕਰ ਤਿਸ ਹੀ ਪਰ ਆਜ ਕੁਲਾਹਲ ਭਾਰੀ ਸੇਮ ਉਹੀ ਸਰਗਮ ਜਿਹੜੀ ਪਹਿਲਾਂ ਅਸਥਾਈ ਵਿੱਚ ਕੀਤੀ ਹੈ ਤਿਸ ਹੀ ਪਰ ਆਜ ਕੁਲਾਹਲ ਭਾਰੀ ਫਿਰ ਸਾਹ ਤੇ ਉੱਦਾਂ ਹੀ ਨੀਚੇ ਅੜਨਾ ਹੈ ਧਾਪਾ ਗਰੇ ਸਾ ਜੋਰੀ ਜੀਵੈ ਜੋਰੀ ਜੀਵੈ ਜੋਰੀ ਜੀਵੈ ਜੋਰੀ ਜੀਵੈ 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 ਤੁਹਾਡਾ ਸ਼ਬਦ ਸੰਪੂਰਨ ਹੋ ਗਿਆ ਹੈ ਜਿਹੜੇ ਸੁਣ ਕੇ ਕੱਢ ਸਕਦੇ ਹਨ ਉਹ ਪਹਿਲਾਂ ਕੰਪੋਜੀਸ਼ਨ ਨੂੰ ਸ਼ਬਦ ਨੂੰ ਸੁਣ ਕੇ ਕੱਢ ਲੈਣ ਜਿਹੜੇ ਦੇਖ ਕੇ ਕੱਢਣਾ ਚਾਹੁੰਦੇ ਹਨ ਲਾਸਟ ਵਿੱਚ ਸਰਗਮ ਵਜਾਈ ਗਈ ਹੈ ਸਲੋ ਸਲੋ ਦੱਸਿਆ ਗਿਆ ਹੈ ਤੁਸੀਂ ਉਸ ਤਰ੍ਹਾਂ ਕੱਢ ਸਕਦੇ ਹੋ ਤੁਸੀਂ ਸਾਰਿਆਂ ਨੇ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਆਪਣੇ ਸਾਰੇ ਹੀ ਮਿੱਤਰਾਂ ਦੋਸਤਾਂ ਨਾਲ ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ ਰੀਤਾਂ ਵਿੱਚ ਅਤੇ ਗੁਰਮਤਿ ਸੰਗੀਤ ਬਾਰੇ ਗਿਆਨ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ
ਇਹ ਚੈਨਲ ਸ਼ੇਅਰ ਕਰਨਾ ਹੈ ਤਾਂ ਜੋ ਹਰੇਕ ਘਰ ਦੇ ਵਿੱਚ ਕੀਰਤਨ ਹੋ ਸਕੇ, ਕੀਰਤਨ ਫ੍ਰੀ ਵਿੱਚ ਸਿੱਖਿਆ ਜਾ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।